بسم الله الرحمن الرحیم السلام علیکم کی حال چال ہے سب کا برابر ٹھیک ٹھاک ہوں امید کرتا ہوں سارے ٹھیک ہوں گے اچھا اج اسی گھر بنا والے فش تے تو نوانے ہیں یہ جو ماشاءاللہ کافی بڑی ہے تے یہ نالے بنانے ہیں نالے تو نوانے ہیں کڑی نے پلیز لاچ کے بیٹھا ہے لا کے نا اچھی طرح ہے تو جڑا جو بھی کھلنے کی کرنا ہے وہ تیرے بھی چلے کے میں یہ لا لے چلی جا ਬਿੱਲੀ ਕਬੂਲੀ ਹੋ ਗਿਆ ਜੇ ਨਾ ਹੁੰਦੀ ਹੋਵੇ ਇੱਥੇ ਤੁਹਾਡੇ ਕੋਲ ਫੱਟੀ ਹੋਵੇ ਤਾਂ ਆਪਾਂ ਫੱਟੀ ਲਾ ਲਓ ਅੱਛੇ ਕਹਿੰਦੇ ਨਾ ਉਹ ਤੋਂ ਪਾ ਦੇ ਤਾਂ ਕਿ ਮੋਰ ਫਰਾਈ ਜਿਹੜੀ ਨਾ ਬੜੀ ਅੱਛੀ ਹੋਵੇ ਇਸੇ ਤਰ੍ਹਾਂ ਦੋਵਾਂ ਸਾਈਡਾਂ ਤੋਂ ਇੱਕ ਅੱਛੀ ਤਰ੍ਹਾਂ ਉਤਾਰ ਲੈਣੀ ਨਾਰਮਲ ਪਾਸਤਾ ਹੁੰਦਾ ਮੱਛੀਆਂ ਵਾਲਿਆਂ ਕੋਲ ਬੁਰਾ ਜਿਹਾ ਉਹ ਅੱਜ ਕਰ ਦਿੰਦੇ ਇੱਕ ਸਾਈਡ ਤੋਂ ਤਾਂ ਸਾਰਾ ਲੈ ਜਾਂਦਾ ਸਾਡੇ ਕੋਲ ਕੋਈ ਅਸੀਂ ਛੁਰੀ ਨਾਲ ਹੀ ਕੰਮ ਚਲਾਉਂਦੇ ਅੱਛੀ ਤਰ੍ਹਾਂ ਸਫਾਈ ਕਰਨੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਹਰ ਚੀਜ਼ ਹੋ ਲੈਣ ਦੀ ਸਾਫ ਚੰਗੀ ਤਰ੍ਹਾਂ ਹੋਈ ਜਦੋਂ ਬਾਏ ਸਾਰਾ ਲਾ ਲੈਂਦੇ ਅੱਛੀ ਤਰ੍ਹਾਂ ਲੈਂਦੇ ਸਾਰੇ ਨਿਕਲਣਗੇ ਅਤੇ ਇਹਨੂੰ ਨਾ ਫਿਰ ਅੱਛੀ ਤਰ੍ਹਾਂ ਧੋ ਲੈਣਾ ਇਹ ਧੋਣੇ ਨਾਲੇ ਸਾਡੇ ਕੋਲ ਗਰਮ ਠੰਡਾ ਪਾਣੀ ਨਹੀਂ ਜਦੋਂ ਠੰਡੇ ਨਾਲ ਅੱਛੇ ਬੱਚੇ ਆ ਜਾਂਦੇ ਧੋਣਾ ਆਪਣੇ ਜਿਹੜਾ ਬਲੱਡ ਵਗੈਰਾ ਹੈ ਉਹ ਸਾਰਾ ਛੇਤੀ ਕਰ ਲੈਣਾ ਚਿਹਰਾ ਲੈ ਲਾ ਕਰ ਦੇਣਾ ਚੁੱਕਣ ਲਈ ਅੱਛੀ ਤਰ੍ਹਾਂ ਤਿਆਰ ਹੋ ਗਈ ਅੱਛੀ ਤਰ੍ਹਾਂ ਸਾਫ ਸਫਾਈ ਹੋ ਗਈ ਹੈ ਇਹਨੂੰ ਹੁਣ ਤੁਸੀਂ ਕੱਟਣਾ ਉਸ ਹਿਸਾਬ ਨਾਲ ਜਿਵੇਂ ਪਸੰਦ ਰਹਿਣੀ ਚਾਹੁੰਦੇ ਹੋ ਸਾਲ ਤੋਂ ਫਰਾਈ ਵਾਸਤੇ ਜੇ ਫਰਾਈ ਵਾਸਤੇ ਜੇ ਆਉਣ ਲਈ ਤਾਂ ਇਹਨੂੰ ਫਰਾਈ ਕਰਾਂਗੇ ਮੈਂ ਤਾਂ ਜਦੋਂ ਰੋਡ ਆ ਰਹੀ ਤਕਰੀਬਨ ਐਡਾ ਐਡਾ ਪੀਸ ਕੱਟ ਰਿਹਾ ਵਾ ਬਹੁਤ ਜ਼ਿਆਦਾ ਬਣਾ ਰਹੀ ਹੈ ਕਿਉਂਕਿ ਹਾਂ ਇਹਨੂੰ ਫਰਾਈ ਕਰਨਾ ਤਕਰੀਬਨ ਐਡੇ ਵੱਡੇ ਵੱਡੇ ਪੀਸ ਨਹੀਂ ਆ ਪੂਰੇ ਪੂਰੇ ਪੀਸ ਕੀਤੇ ਅਤੇ ਨਾ ਐਡੇ ਮੋਟੇ ਕੀਤੇ ਨੇ ਕਿਉਂਕਿ ਇਹਨੂੰ ਦੋ ਤਰੀਕੇ ਨਾਲ ਹਟਾਉਣਾ ਜਾਂ ਇਹਨੂੰ ਫਰਾਈ ਕਰ ਲਈਏ ਅਤੇ ਜਾਂ ਇਹਨੂੰ ਸਾਡੇ ਕੋਲ ਕਰੇਲੇ ਇਹਦੇ ਵਿੱਚ ਨਾ ਲਾ ਕੇ ਫਰਾਈ ਕਰ ਲਵਾਂਗੇ ਅਤੇ ਮਸਾਲਾ ਕਿਉਂਕਿ ਮੈਂ ਨਾਰਮਲ ਘਰ ਦੇ ਲਾਉਂਦਾ ਵਾ ਆਪ ਹੀ ਕੋਈ ਸਪੈਸ਼ਲ ਮਸਾਲਾ ਬਾਜ਼ਾਰ ਚੋਂ ਨਹੀਂ ਲਿਆਉਂਦਾ ਕਿਉਂਕਿ ਉਹਦੇ ਨਾਲ ਬਿਹਤਰ ਇੱਕ ਬੰਦਾ ਘਰ ਦੇ ਲਾ ਲਵੇ ਅਤੇ ਚਿਕੰਡਾ ਨਹੀਂ ਇੰਨਾ ਹੁੰਦਾ ਚਿਕੰਡਾ ਸਿਰਫ ਇੱਕ ਹੁੰਦਾ ਜਿਵੇਂ ਇੱਕ ਕੰਘੀ ਟੈਪ ਹੁੰਦੀ ਹੈ ਜ਼ਿਆਦਾ ਮੈਨੂੰ ਕੰਘਾ ਨਹੀਂ ਹੁੰਦਾ ਮੱਛੀ ਨੂੰ ਲਾਵਾਂਗੇ ਮਸਾਲਾ ਮੈਂ ਕੁਝ ਨਿੰਬੂ ਲਏ ਨੇ ਅਤੇ ਨਿੰਬੂ ਵਿੱਚ ਪਾਵਾਂਗਾ ਵੈਸੇ ਮੱਛੀ ਮੇਰੇ ਕੋਲ ਜ਼ਿਆਦਾ ਥੋੜ੍ਹੀ ਅਤੇ ਮੈਂ ਉਹਦੇ ਹਿਸਾਬ ਨਾਲ ਤਰੇ ਨਿੰਬੂ ਨੇ ਸਾਡੇ ਕੋਲ ਅਤੇ ਨਿੰਬੂ ਵੱਡੇ ਵੱਡੇ ਹੁੰਦੇ ਨੇ ਉਹ ਲਾਵਾਂ ਅਦਰਕ ਲਸਣ ਉਹਦਾ ਪੇਸਟ ਵੀ ਨਾਲ ਜਿਹਦੇ ਕੋਲ ਜਾ ਰਹੇ ਨੇ ਇਹਨਾਂ ਵਿੱਚੋਂ ਕੱਢ ਲਾਉਣਾ ਮੋਰੋ ਅਤੇ ਮੈਂ ਇਹਨੂੰ ਫਰਾਈ ਕਰਨਾ ਨਾਲੇ
ਤੇ ਨਾਲ ਕਰੇਲੇ ਦੀ ਬਣਾਉਣਾ ਦੋ ਤਰੀਕੇ ਵਾਲਾ ਮਸਾਲਾ ਮੈਂ ਇਹਦੇ ਵਿੱਚ ਅਤੇ ਕਾਲੀ ਮਿਰਚ ਖੱਟੇ ਜ਼ਾਇਕਾ ਜਿਵੇਂ ਜਿੰਨੀ ਤੁਸੀਂ ਪਸੰਦ ਕਰਦੇ ਹੋ ਮਸਾਲ ਦਾ ਗਰਮ ਮਸਾਲਾ ਸੁਰਖ ਮਿਰਚ ਪਾ ਲਵਾਂਗਾ ਇਹ ਤੁਸੀਂ ਆਪਣੇ ਮੁਤਾਬਕ ਅਗਰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਲਾ ਲਓ ਘੱਟ ਪਸੰਦ ਕਰਦੇ ਹੋ ਤਾਂ ਘੱਟ ਲਾ ਲਓ ਅਤੇ ਮੈਂ ਪੂਰੀ ਪੂਰੀ ਲਾਉਂਦੇ ਹਾਂ ਮੈਂ ਜ਼ਿਆਦਾ ਨਹੀਂ ਲਾਉਣ ਦਿਆਂ ਅਤੇ ਹਲਦੀ ਵੀ ਥੋੜ੍ਹੀ ਜਿਹੀ ਕਿਉਂਕਿ ਇੱਥੇ ਮੱਛੀ ਜਿਹੜੀ ਸਮੁੰਦਰੀ ਮੱਛੀ ਅਤੇ ਉਹਨਾਂ ਨੂੰ ਕੋਈ ਅਸੀਂ ਸਮਾਨ ਸਮੂਹ ਨਹੀਂ ਲਿਆ ਮੈਂ ਬਿਲਕੁਲ ਬੇਸਿਕ ਵਿਜਿਟ ਕਰਾਂਗਾ ਤਾਂ ਕਿ ਜਿਹੜਾ ਨਾ ਅੱਛੀ ਤਰ੍ਹਾਂ ਨੂੰ ਮਸਾਲਾ ਲੱਗ ਜਾਵੇ ਇਹਨੂੰ ਅੱਛੀ ਤਰ੍ਹਾਂ ਨਾ ਮਿਕਸ ਕਰ ਲਾਂਗੇ ਤਾਂ ਕਿ ਜਿਹੜਾ ਮਸਾਲਾ ਨਾ ਚੰਗੀ ਤਰ੍ਹਾਂ ਮੱਛੀ ਲੱਗ ਜਾਵੇ ਅਤੇ ਇਹਨੂੰ ਕੁਝ ਦੋ ਤਿੰਨ ਘੰਟੇ ਬਾਅਦ ਛੱਡਦੇ ਹਾਂ ਅਤੇ ਇੱਕ ਵਾਰ ਜਿਹੜਾ ਮਸਾਲਾ ਨਾ ਚੰਗੀ ਤਰ੍ਹਾਂ ਵਿੱਚ ਰੱਚ ਜਾਵੇ ਅੱਛੀ ਤਰ੍ਹਾਂ ਜੁਆਇਨ ਜੂਨ ਵੀ ਲਾਉਂਦੇ ਹਾਂ ਮੱਛੀ ਦੀ ਸਮੈਲ ਆਉਂਦੀ ਹੈ ਅਤੇ ਇਹਦੇ ਵਿੱਚ ਸਮੈਲ ਕੋਈ ਨਹੀਂ ਹੈ ਜਿਹੜੀ ਨਾ ਇਹਦੀ ਸਮੈਲ ਨਹੀਂ ਹੁੰਦੀ ਮੱਛੀ ਦੀ ਬਿਲਕੁਲ ਮਸਾਲਾ ਸਾਡਾ ਤਕਰੀਬਨ ਸਹੀ ਲੱਗ ਗਿਆ ਅਤੇ ਇਹਨੂੰ ਮੈਂ ਹੁਣ ਨਾ ਦੋ ਤਿੰਨ ਘੰਟੇ ਲਈ ਨਾ ਰੱਖ ਦਿਆਂ ਹੁਣ ਜਦੋਂ ਬਣਾਉਣ ਨਹੀਂ ਹੋਏਗਾ ਇੱਕ ਵਾਰੀ ਮਸਾਲਾ ਜਿਹੜਾ ਨਾ ਅੱਛੀ ਤਰ੍ਹਾਂ ਮੱਛੀ ਦੇ ਵੜ ਗਿਆ ਹੋਵੇਗਾ ਅੱਛਾ ਜੀ ਸਾਡੀ ਫਿਸ਼ ਨੂੰ ਲੱਗ ਗਿਆ ਮਸਾਲਾ ਬੜੀ ਚੰਗੀ ਤਰ੍ਹਾਂ ਤੁਹਾਨੂੰ ਮਸਾਲੇ ਨਾਲ ਤਕਰੀਬਨ ਦੋ ਤਿੰਨ ਘੰਟੇ ਹੋ ਗਏ ਇਹਨੂੰ ਮਸਾਲੇ 'ਚ ਰੱਖਿਆ ਸੀ ਅਤੇ ਇਹਨੂੰ ਮਸਾਲਾ ਮਜ਼ੀਦ ਅੱਛੀ ਤਰ੍ਹਾਂ ਜਜ਼ਬ ਹੋ ਗਿਆ ਵਿੱਚ ਇਹਦੇ ਨਾਲ ਅਤੇ ਇਹ ਗ੍ਰਿਲ ਮੈਂ ਓਵਨ ਚਲਾਤੀ ਕੁਝ ਮੈਂ ਇਹਦੇ 'ਚ ਬਣਾਉਣੀ ਹੈ ਅਤੇ ਕੁਝ ਮੈਂ ਜਿਹੜੀ ਹੈ ਨਾ ਫਰਾਈ ਕਰਨੀ ਹੈ ਅਤੇ ਫਰਾਈ ਕਰਨੀ ਹੈ ਬੇਸਣ ਵਾਲਾ ਬਣਾਇਆ ਸੀ ਮਸਾਲਾ ਜਿਹਾ ਇਹਦੇ 'ਚ ਨਮਕ ਮਿਰਚ ਵਗੈਰਾ ਨਾਰਮਲੀ ਉਹੀ ਮਸਾਲਾ ਜਿਹੜਾ ਮੱਛੀ 'ਚ ਪਾਇਆ ਉਹ ਇਹਦੇ 'ਚ ਪਾਇਆ ਕੁਝ ਅੱਜ ਡਿਪ ਕਰ ਗਿਆ 'ਚ ਰੱਖਾਂ ਨੇ ਅਤੇ ਕੁਝ ਜਿਹੜੀ ਹੈ ਉਹ ਗਰੇਲੇ 'ਚ ਰੱਖਾਂ ਨੇ ਇਹਦੇ ਵਿੱਚ ਨਾ ਇਹਦੇ ਦੋਨਾਂ ਸਾਈਡਾਂ ਤੋਂ ਉੱਪਰ ਵਾਲੀ ਸਾਈਡ ਤੋਂ ਵੀ ਇਹਦੇ ਥੱਲੋਂ ਵੀ ਸੇਕ ਲੱਗਦਾ ਇਹਨੂੰ ਅਤੇ ਮੀਂਹ ਦੇ ਅੱਛੀ ਬਣੇ ਦੀ ਇਹਦੇ ਵਿੱਚ ਨਾ ਮੈਂ ਥੋੜ੍ਹਾ ਜਿਹਾ ਆਇਲ ਲਾਇਆ ਥੱਲੇ ਤਾਂ ਕਿ ਜਿਹੜੀ ਮੱਛੀ ਹੈ ਥੱਲੇ ਲੱਗੇ ਨਾ ਅਤੇ ਸਿਰਫ ਮੈਂ ਇਹਦੇ ਵਿੱਚ ਨਾ ਤਿੰਨ ਚਾਰ ਪੀਸ ਲਾਉਣੇ ਨੇ ਤਾਂ ਕਿ ਤਰ੍ਹਾਂ ਨਾ ਇਹ ਬਣੋ ਜ਼ਿਆਦਾ ਲਾਇਆ ਪੈਣਾ ਤੁਹਾਨੂੰ ਗ੍ਰਿਲ ਛੋਟੀ ਇਹਨੂੰ ਹੋਰ ਬੰਦ ਕਰ ਦੇਣਾ ਇਹ ਅੱਛੀ ਤਰ੍ਹਾਂ ਗਰਮ ਹੋ ਚੁੱਕਿਆ ਬੇਸਣ ਇਹ ਵੇਖ ਵਿੱਚ ਪਾ ਦਿੰਦੇ ਲੀਕ ਕਰਕੇ ਬਸ ਮਸਾਲਾ ਜਿਹੜਾ ਨਾ ਬਹੁਤ ਅੱਛੀ ਤਰ੍ਹਾਂ ਉਤਰਾ ਪੀਆ ਦੇਖ ਲਓ ਇਹਦਾ ਕੁਝ ਨਾ ਕਲਰ ਚੇਂਜ ਹੋ ਰਿਹਾ ਗ੍ਰਿਲ ਹੋ ਰਹੀ ਹੈ ਦੇਖੋ ਨਾ ਇਹ ਅਜੇ ਥੋੜ੍ਹਾ ਟਾਈਮ ਲੱਗ ਗਿਆ ਫਰਾਈ ਕਰਨੀ ਸੁਬਹਾ ਥੋੜ੍ਹਾ ਜਿਹਾ ਕੱਟ ਕਰ ਲੈਣੇ ਤਾਂ ਕਿ ਅੰਦਰ ਕਿਚਰ ਅੱਛੀ ਤਰ੍ਹਾਂ ਪੱਕ ਗਏ ਇਹ ਜਿਹੜੀ ਗ੍ਰਿਲ ਹੋ ਰਹੀ ਹੈ ਇਹਨੂੰ ਵੀ ਟਾਈਮ ਲੱਗਣਾ ਇਹਦੀ ਸਾਈਡ ਬਦਲਣ ਵੀ ਹੋ ਗਈ ਜੀ ਨਾਲੇ ਇਹਦੀ ਸਾਈਡ ਬਦਲ ਲਿਆ ਮੈਂ ਹੁਣ ਇਹਦੀ ਸਾਈਡ ਬਦਲ ਦਿੱਤੀ ਕਿਉਂਕਿ ਫਿਸ਼ ਬੜੀ ਨਰਮ ਹੁੰਦੀ ਹੈ ਇਹ ਸਗੋਂ ਇਹ ਪੀਸ ਥੋੜ੍ਹਾ ਜਿਹਾ ਟੁੱਟ ਗਿਆ ਇਹਨੂੰ ਬੰਦ ਕਰ ਦੇਣਾ ਝੱਟ ਹੋਰ ਥੋੜ੍ਹੀ ਦੇਰ ਨੂੰ ਇਹ ਜਲਦੀ ਤਿਆਰ ਹੋ ਜਾਣੀ ਕਿਉਂਕਿ ਇਹਦੀ ਉੱਪਰ ਵਾਲੀ ਸਾਈਡ ਤੋਂ ਵੀ ਸੇਕ ਲੱਗਦਾ ਥੱਲੜਾ ਵਾਲੀ ਸਾਈਡ ਤੋਂ ਵੀ ਸੇਕ ਲੱਗਦਾ ਲਓ ਜਿਹੜੀ ਫਰਾਈ ਕੀਤੀ ਉਹ ਤਾਂ ਬਣ ਗਈ ਹੈ ਅਤੇ ਤੁਹਾਨੂੰ ਇਹ ਵੀ ਟੇਸਟ ਕਰਕੇ ਦੱਸਣੇ ਆ ਅਤੇ ਦੂਜੀ ਵੀ ਜਿਹੜੀ ਨਾ ਉਹ ਵੀ ਬਣ ਜਾਣੀ ਤਕਰੀਬਨ ਇਹ ਵੀ ਜਿਹੜੀ ਹੈ ਇਹ ਵੀ ਅੱਛੇ ਤਰੀਕੇ ਨਾਲ ਬਣ ਗਈ ਹੋ ਅਤੇ ਇਹਨੂੰ ਲਾਹੁੰਦੇ ਹਾਂ ਅਤੇ ਪਲੇਟ 'ਚ ਪਾ ਕੇ ਤੁਹਾਨੂੰ ਹਾਂ ਅੱਗੋਂ ਟੇਸਟ ਕਰਕੇ ਦੱਸਣੇ ਦਾ ਕਿਹੋ ਜਿਹਾ ਟੇਸਟ ਹੈ
ਤੇ ਬੇਸਨ ਵਾਲੀ ਦਾ ਕਿਹੋ ਜਿਹਾ ਟੇਸਟ ਅਤੇ ਇਸ ਗਰੇਲ ਵਾਲੀ ਦਾ ਕਿਹੜਾ ਕੀ ਟੇਸਟ। ਹਾਂਜੀ, ਫਿਸ਼ ਸਾਡੀ ਬਣ ਕੇ ਤਿਆਰ ਹੋ ਗਈ ਹੈ। ਬੜੀ ਬੜੀ ਮਿਹਰਬਾਨੀ ਮੇਰੀ ਵੀਡੀਓ ਵੇਖਣ ਦਾ, ਅਤੇ ਮੈਂ ਕੋਸ਼ਿਸ਼ ਕਰਾਂਗਾ ਮਜ਼ੀਦ ਇਸ ਤਰ੍ਹਾਂ ਦੀ ਖਾਣ ਪੀਣ ਵਾਲੀਆਂ ਜਾਂ ਬਾਹਰ ਘੁੰਮਣ ਫਿਰਨ ਵਾਲੀਆਂ ਵੀਡੀਓ ਬਣਾਵਾਂ ਕਰਾਂਗਾ ਅਤੇ ਆਪਣੇ ਸਭ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਾਂਗਾ। Press the bell icon on the YouTube app and never miss another update.